अस्सलामुअलैकुम जी, उम्मीद करना कि सारे भैन भरा ठीक ठाक हो, सो खुशबाश हो, सो अल्लाह ताला ने हिफ्ज़ ओ अमान विच हो, सो हर रोज़ नहीं तरह जनाब आए फिर तुसां दी खिदमत विच हाजिर हाँ। अज असां आज़ाद कश्मीर का एक खूबसूरत एरिया छोटा जिहा गाँव है बसराल जिसकी आने इतने असं मौजूद हाँ। असाने चाचा साबर हुसैन साहब असा ना मौजूद नहीं इन्होंने घर हाँ असा ते मैं कि ना चलो ये धड़े आने होने के सामने ना महीना लगे आया और सब्जा जरा माशाल्लाह बड़ा मुल है तो मैं चलो फिर चलने इतना नहीं वीडियो बनाने और चाचा भी जो अंगले टू हैं तो मैं चलो इन्होंने बिच गल कर सलाम अलैकुम। वालेकुम सलाम। हाँ जी चाचा ठीक हो? ठीक ठाक आप भी? ठीक है अल्लाह का शुक्र है। अच्छा चाचा ये दसो तुसा केड़े सन विच इथों इंग्लैंड गए हो? 1967 ਉੱਥੇ ਕੰਮ ਕਰਨਾ ਰਿਹਾ ਸਾਰੇ ਸਾਡੇ ਗ੍ਰਾਂ ਉੱਥੇ ਸਨ ਫਿਰ ਮੈਂ ਕਾਫੀ ਅਰਸਾ ਰਿਹਾ ਉੱਥੇ ਉਹਦੀਆਂ ਬਾਅਦ ਫਿਰ 71 ਚ ਮੈਂ ਮੁੜੀ ਆਇਆ ਵਾਪਸ 10ਵੇਂ ਮਹੀਨੇ ਚ। ਅੱਛਾ ਇੰਗਲੈਂਡ ਕਿਹੜੀ ਜਗ੍ਹਾ ਰਹੇ ਹੋ ਤੁਸੀਂ? ਡਿਊਸਬਰੀ ਜਗ੍ਹਾ ਨਾ ਯੋਰਕਸ਼ਾਇਰ ਵਿੱਚ ਆ ਉੱਥੇ ਰਿਹਾ ਪਹਿਲੇ ਹੁਣ ਮੈਂ ਵਾਪਸ ਉੱਥੋਂ ਹੋਈ ਹਾਂ 1975 ਚ ਮੈਂ ਸਟੋਕ ਆਈ ਹਾਂ ਉਹਦੀਆਂ ਫਿਰ ਮੈਂ ਬਾਅਦ ਸਟੋਕ ਹੀ ਰਿਹਾ ਸਟੋਕ ਐਂਟਰੈਂਟ ਹੈ ਇੱਥੇ ਹੀ ਰਿਹਾ। ਠੀਕ ਹੋਈ ਆ ਇਹ ਭਾਂਡੀਆਂ ਦੀ ਫੈਕਟਰੀਆਂ ਸਨ ਬੇਅੰਦਾਜ਼ ਉਹਨਾਂ ਹੀ ਕੰਮ ਕਰਨੇ ਰਹੇ ਹਾਂ ਕਾਫੀ ਕੰਮ ਫੈਕਟਰੀਆਂ ਭਾਂਡੀਆਂ ਨੇ ਮੈਂ ਜਾਣਾ ਹੋਏ ਕੰਮ ਕਰੀ ਨਾ ਉਹ ਵੀ ਖਤਮ ਹੋ ਗਈ ਨਾ ਹੁਣ ਆਈ ਗਿਆ ਬਾਅਦ ਟੈਕਸੀ ਨਾ ਮਾਹੌਲ ਆਈ ਗਿਆ ਟੈਕਸੀ ਵੀ ਮੈਂ ਬੜਾ ਅਰਸਾ ਕੀਤੀ ਹੈ ਤਾਂ ਹੁਣ ਪੈਨਸ਼ਨ ਹੋ ਗਈ ਹੈ ਹੁਣ ਬਿਨਾਂ ਬਸ। ਅੱਛਾ ਚਾਚਾ ਇਹ ਦੱਸੋ ਜਿਸ ਤਰ੍ਹਾਂ ਫੈਕਟਰੀ ਨਾ ਬਿਆ ਸਾ ਸੁਣਿਆ ਕਿ ਸਾਨੇ ਆਪਣੇ ਚੌਧਰੀ ਯਾਸੀਨ ਸਾਹਿਬ ਇਹ ਵੀ ਤਾਂ ਤੁਸਾਂ ਨਾਲ ਕੰਮ ਕਰਨੇ ਰਹੇ ਵਾਕਿਆ ਕੀ ਕਦੇ ਕੰਮ ਕਰਨੇ ਰਹੇ? ਇਹ ਕੀ ਕਦੇ ਚੌਧਰੀ ਯਾਸੀਨ ਮਾਰ ਨਾਲ ਉਹਲੇ ਦੇ ਮੜਾ ਲਈ ਹੋਣਾ ਸੀ ਜਿਸ ਤਰ੍ਹਾਂ ਮੈਂ ਸਦਰ ਸੀ ਨਾ ਤਾਂ ਇਹ ਭਾਂਡੀਆਂ ਦੀ ਫੈਕਟਰੀ ਸੀ ਕਿੱਲੇ ਪਰ ਐਮਟੀਅਰ ਸਾਂ ਸਾਂ ਮਾਰੇ ਨਾਲੇ ਕੰਮ ਕਰਾਉਣ ਸ਼ਿਫਟ ਹੈ ਤੇ ਇਹਨਾਂ ਕੀ ਕਿਸ ਤਰ੍ਹਾਂ ਫਿਰ ਸਿਆਸਤ ਨੂੰ ਕੋਈ ਸ਼ੌਕ ਆਇਆ ਉਸ ਤੋਂ ਬਾਅਦ ਇਹ ਉਹਦੀਆਂ ਬਾਅਦ ਬੱਲੇ ਬੱਲੇ ਸੋਸ਼ਲ ਵਰਕਰ ਬਣਨਾ ਐਸਾ ਤਰ੍ਹਾਂ ਕਰਨੇ ਕਰਦੇ ਆ ਫਿਰ ਪਾਕਿਸਤਾਨ ਇਧਰ ਲੱਗੀ ਪਿਆ ਸੋ ਨਾਲ ਇਧਰ ਬੜੀ ਗਿਆ ਹੁਣ ਤੇ ਬੜੀ ਕੋਣ ਪਾਕਿਸਤਾਨ ਦਾ ਆਜ਼ਾਦ ਕਸ਼ਮੀਰ ਨੇ ਜਿਹੜਾ ਨਾ ਟਾਪ ਨੇ ਇੱਕ ਸਾਸ ਦਾ ਕਮਯਾਬ ਬਿਲਕੁਲ ਇਹ ਮਾਰੇ ਨਾਲ ਕੰਮ ਕਰਨ ਜਿਸ ਤਰ੍ਹਾਂ ਮੈਂ ਲੇਬਰ ਸਾਂ ਇਸ ਤਰ੍ਹਾਂ ਸੀ ਇਹ ਵੀ। ਅਜਾ ਜਾ ਇਹਨਾਂ ਕੀ ਤੱਕ ਕਿ ਤੁਸਾਂ ਕੀ ਨਹੀਂ ਸਿਆਸਤ ਨੂੰ ਸ਼ੌਕ ਆਇਆ ਫਿਰ? ਉਹ ਨਹੀਂ ਨਾ ਸੋ ਕੋ ਤਾਲੀਮ ਕੋਣੀ ਜਿਲਾ ਸੋ ਤੂੰ ਗਿਓ ਪ ਇੰਗਲੈਂਡ ਹਾਂਜੀ ਤੇ ਤਕਰੀਬਨ ਸੋ ਬਾਅਦ ਦੱਸਿਆ ਕਿ 14 ਸਾਲ ਸੋ ਨੀ ਉਮਰ ਸੀ ਤਾਂ ਇਥਾ ਸੋ ਕਿੰਨੇ ਆ ਪੜੇ ਸੋ? ਇਤਾ ਮੈਂ ਕੋ ਦੂਸਰੀ ਜਮਾਤ ਪੜਿਆ ਕਿਹੜੇ ਸਕੂਲ ਜਾਣਾ? ਦਿਲਿਆ ਜੱਟਾਂ ਮਾਸਟਰ ਮੰਗੇ ਰੋਗ ਬਣੇ। ਚਾਚਾ ਮੀਏ ਦੱਸੋ ਜਿਲਾ ਤੁਸਾਂ ਆਣੇ ਹੋ ਇਥਾ ਸੋ ਕੇ 14 ਸਾਲ ਨੀ ਉਮਰ ਚ ਗਏ ਹੋ ਉਸ ਤੋਂ ਪਹਿਲੇ ਇਥਾ ਨੇ ਲਾਤ ਕਿ ਕੋਈ ਕੈਸੇ ਹੋਣੇ ਸਨ? ਠੀਕ ਸਨ ਔਲਾਦ ਜ਼ਰਾ ਗਰੀਬੀ ਮੁਰਖ ਸੀ ਉਲਾ ਜ਼ਿਆਦਾ ਇਹ ਇਤਨਾ ਪੈਸਾ ਇਹ ਤਾਂ ਉਲਾ ਕੋਣ ਸੀ ਇਤਨਾ ਠੀਕ ਗੁਜ਼ਾਰਾ ਤਾਂ ਲੋਕ ਕਰ ਰਹੇ ਨਾ ਕੋ ਭੁੱਖੇ ਤਾਂ ਕੋਣ ਸਨ ਕੰਮ ਚੱਲਣਾ ਹੀ ਸੀ ਬਲੇ ਬਲੇ ਸਦਰਾ ਜ਼ਮੀਨ ਬਾੜੀ ਬਾਣੇ ਸਨ ਖਾਣੇ ਤਾਂ ਰੋਜ਼ੀ ਖਾਣੇ ਸਨ ਪਿਆਰ ਮੁਹੱਬਤ ਨੇ ਲਿਆਦ ਨਾਲ ਤੁਸੀਂ ਕਹਿੰਦੇ ਉਸ ਦੌਰ ਵਿੱਚ ਪਿਆਰ ਮੁਹੱਬਤ ਠੀਕ ਸੀ ਜਾਂ ਇਸ ਦੌਰ ਵਿੱਚ ਠੀਕ ਹੈ? ਮੈਂ ਨਾ ਉਹਲਾ ਠੀਕ ਸੀ ਜ਼ਰਾ ਪਿਆਰ ਮੁਹੱਬਤ ਬੰਨੇ ਕੀ ਸਹੀ ਸੀ ਇੱਕ ਦੂਜੇ ਨਾਲ ਮੁਹੱਬਤ ਸੀ ਨੇ ਦੇਖਭਾਲ ਬੀਮਾਨੀ ਕੱਢ ਸੀ ਹੁਣ ਜ਼ਰਾ ਜ਼ਿਆਦਾ ਵਧੀ ਕੀ ਪੈਸਾ ਜ਼ਿਆਦਾ ਹੋ ਗਿਆ ਹੋਰ ਤਾਂ ਸਹੀ ਸਹੀ ਤੇ ਹੁਣ ਤਾਂ ਕੁਝ ਨਹੀਂ ਇਤਨਾ ਕਪੋ ਕਪੀ ਹੁਣ ਠੀਕ ਹੋ ਗਿਆ ਤਾਂ ਤੁਸੀਂ ਕਹਿੰਦੇ ਹੋ ਕਿ ਮਿਸਾਲ ਤੋਂ ਤੁਸੀਂ ਬਾਹਰਲੇ ਮੁਲਕ ਰਹੇ ਹੋ ਇਹ ਖਾਸ ਕਰੀ ਇੰਗਲੈਂਡ ਤੁਸੀਂ ਕਹਿੰਦੇ ਹੋ ਕਿ ਮੁਲਕੋ ਠੀਕ ਹੈ ਜਾਂ ਪਾਕਿਸਤਾਨ ਠੀਕ ਹੈ? ਮਜ਼ਦੂਰੀ ਨਾ ਕਿਸੇ ਜ਼ਿਆਦਾ ਉਹ ਠੀਕ ਹੀ ਹੈ ਐ ਮੈਂ ਵੈਸੇ ਰਿਹਾ ਤਾਂ ਇਹ ਜ਼ਿਆਦਾ ਠੀਕ ਹੈ ਇਹ ਜ਼ਿਆਦਾ ਠੀਕ ਹੈ ਇਹ ਜ਼ਿਆਦਾ ਠੀਕ ਹੈ ਕਿਉਂਕਿ ਬਾਹਰ ਅੰਦਰ ਫਿਰਨੇ ਤੁਰਨੇ ਉੱਥੇ ਕੰਮੇ ਪਰ ਜਾਣੇ ਆ ਤਾਂ ਅੰਦਰ ਢਕੇ ਰਹਿਣੇ ਆ ਮੁੜੀ ਬਾਅਦ ਕੰਮੇ ਪਰ ਜੋ ਬੇਲੇ ਹੋ ਗਏ ਅੰਦਰ। ਅਜੇ ਚਾਚਾ ਇੱਕ ਮੈਂ ਗੱਲ ਬੁੱਝੀ ਆਉਣਨ ਕਿ ਉੱਥੇ ਤੁਸੀਂ ਮਸਲੇ ਜਿਹੜੀ ਔਰਤ ਹੈ ਉਸਨੀ ਏਜ ਨੂੰ ਪੁੱਛੀ ਸਕਣੇ ਤੇ ਜਿਹੜੇ ਮੰਗੇਤਰ ਨੂੰ ਉਹਨਾਂ ਨਾਲ ਨੂੰ ਪੁੱਛੀ ਸਕਣੇ ਵਾਗੇ ਸੱਚੀ ਗੱਲ ਹੈ ਯਾਰ ਇਹ ਲੋਕ ਸਾਡੇ ਬਾਣੇ ਗੱਲਾਂ ਹੁਣ ਮੈਂ ਕਿਹਾ ਪਤਾ ਇਹ ਸਹੀ ਹੈ ਜਾਂ ਅਸਾਂ ਨਹੀਂ ਕਦੇ ਅਸਾਂ ਔਰਤ ਕੋਲੋਂ ਕਦੇ ਪੁੱਛਿਆ ਨਹੀਂ ਉਹ ਤੁਹਾਡੀ ਕੀ ਏਜ ਹੈ ਬਈ ਠੀਕ ਹੈ ਕਿਉਂ ਤੇ ਹੋ ਸਕਣਾ ਅਸੀਂ ਤੂੰ ਕਹਿ
ਫਿਰ ਇਸ ਬਾਰੇ ਨਹੀਂ ਕਦੇ ਪੁੱਛਿਆ ਕਦੇ ਗਾਣਾ ਦੱਸੋ ਹੀ ਸੁਣਿਆ ਸੀ ਨਾ ਪੁੱਛ ਮਗੇਤਨਾ ਦੇ ਹਾਲ ਸਜਣਾ ਹਾਂ ਇਹ ਸੁਣਿਆ ਨਾ ਇਹ ਕਿਆ ਜੱਜਾ ਕੀ ਕਦਾ ਕੋਈ ਨਹੀਂ ਪੁੱਛਿਆ ਇਹ ਮਜ਼ਾਕ ਬਣਾਈ ਯਾਰ ਮੈਂ ਨਾ ਮਜ਼ਾਕ ਬਣਾਈ ਯਾਰ ਲਾਹੀ ਮਤਲਬ ਮਜ਼ਾਕ ਬਣਾਈ ਉਸਨੇ ਸ਼ੁਕਰ ਜੀ ਆਵੇ ਸ਼ੁਕਰ ਜੀ ਬਣਾਇਆ ਨੇ ਤਾਂ ਉਹ ਮਗੇਤਰ ਉਹ ਤਾਂ ਔਖੇ ਨਹੀਂ ਹੋਣੇ ਔਖੇ ਕੋ ਨਹੀਂ ਬਰੇ ਮੈਂ ਬਾਣੇ ਥੋੜਾ ਜਿਹਾ ਪਤਾ ਇੱਥੇ ਜਰਾ ਸਹੀ ਹੋਣੇ ਨਾ ਤਾਂ ਉੱਥੇ ਜਾਣੇ ਥੋੜੇ ਕਾਨੂੰਨ ਦੇ ਅੰਦਰ ਆ ਜਾਣੇ ਕੰਮੇ ਜਵਾਬ ਹੁਣ ਕਰ ਚੋ ਜੇ ਲੇਟ ਚੋ ਅਗਲੇ ਪੁੱਛਣੇ ਨਵੇਂ ਕੁਦ ਰਿਹਾ ਅਜਾ ਚਾਚਾ ਇਹ ਦੱਸੋ ਕੀਆਂ ਕਿ ਆਣੇ ਹੋਣ ਕੇ ਬੰਦੇ ਕੀ ਇੱਕ ਸ਼ੌਂਕ ਵੀ ਹੋਣੀ ਆ ਕੁਸਾਂ ਕੀ ਦਾੰਦਾਂ ਨਹੀਂ ਕੁਸਾਂ ਕੀ ਸਰ ਤੁਸਾਂ ਕੀ ਵਿਸਰਾ ਕਿਸੇ ਚੀਜ਼ਾਂ ਨਹੀਂ ਸ਼ੌਂਕ ਵਗੈਰਾ ਆਇਆ ਕੋਣੀ ਅਸਾਂ ਦਾੰਦ ਤੇ ਇਥੇ ਜਿਹੜੇ ਇਸ ਮੁਲਕ ਇਸ ਦਾੰਦ ਦੋਨੇ ਲੈ ਰੱਖੇ ਰਹੇ ਠੀਕ ਠੀਕ ਉਪਾ ਰਟਾ ਖਨੇ ਰਿਆਂ ਜਰਾਈ ਤਾਂ ਇਧਰ ਸਹਦਾ ਖਨੇ ਰਿਆਂ ਕੋਈ ਨਾਮੀ ਕਲਾਮੀ ਦਾੰਦਾਂ ਦਾ ਕੋਈ ਨਾਮ ਹੀ ਦੱਸਿਓ ਜਿਹੜਾ ਕੁਸਾਂ ਕੋਈ ਨੰਬਰ ਸ਼ੰਬਰ ਅੰਦਾਵੇ ਨੰਬਰ ਆਣਾ ਰਿਆਂ ਦਾੰਦ ਯਾਰਾ ਜਿਹੜਾ ਇਹ ਫਜੂ ਕਲਾਂਦਾ ਸੀ ਸਰਜ਼ਾਬੇ ਲਗਰੂ ਠੀਕ ਕਾਲਾ ਤੇਲਾ ਜਿਹਾ ਸੀ ਉਹ ਨੰਬਰ ਆਣਾ ਰਿਆਂ ਦਾ ਉਹਦੇ ਬਾਅਦ ਫਿਰ ਆਂਦੇ ਕੋਣੀ ਖਤਮ ਕਰੀ ਗਈ ਬੜੀ ਮਸ਼ਹੂਰ ਹੈ ਕਿ ਇੰਗਲੈਂਡ ਜਿਹੜੇ ਲੋਕ ਨੇ ਜਦੋਂ ਪਾਕਿਸਤਾਨ ਚ ਆਉਣਾ ਜੀ ਅਸਾਂ ਇੰਗਲੈਂਡ ਜਾ ਸਕਦਾ ਉਹ ਗੁਆਣੇ ਨੇ ਨਹੀਂ ਇੱਥੇ ਨੇ ਹਾਲਾਤ ਬੜੇ ਮਾੜੇ ਨੇ ਇਧਰ ਨਾ ਚ ਅਸਾਂ ਗਿਆ ਹੋਏ ਆ ਉਹ ਨਾ ਹੋਏ ਆ ਗਿਆ ਹੋਏ ਰਿਆ ਮੈਂ ਬਾਣਿਆ ਬਈ ਮੈਂ ਜਾਣਾ ਉਹ ਤੇ ਅਗਲੇ ਤੇ ਮੈਂ ਤੁਸੀਂ ਬਈ ਤੁਸੀਂ ਨਾ ਨਾ ਬੜੇ ਜੇ ਮੈਂ ਆਈ ਗਿਆ ਬੜਾ ਔਖਾ ਮੈਂ ਉਹੀ ਜੇ ਕੋਈ ਨਹੀਂ ਠੀਕ ਆ ਹਾਂ ਕੁਝ ਨਹੀਂ ਐ ਕੰਮ ਕਰ ਰਿਹਾ ਮੈਂ ਇੱਥੇ ਜੇ ਮੈਂ ਇਧਰ ਕੱਖ ਕੰਮ ਨਹੀਂ ਕਰ ਰਿਹਾ ਯਾਰ ਉੱਥੇ ਹੋ ਸਨਾ ਡਿਊਟੀ ਜਾਓ ਤਾਂ ਫਿਰ ਡਿਊਟੀ ਦੇਣੀ ਪੈਣੀ ਪੂਰੀ ਯਾਰ ਫਿਰ ਨਹੀਂ ਨਾ ਫਿਰ ਇਸ ਬਾਰੇ ਖੋਰਾ ਬੱਜੀ ਜਾਣੇ ਜ਼ਰਾ ਪਰ ਆਸਾ ਸਹੀ ਲਈ ਜਾਣੇ ਲੋ ਸਹੀ ਜਾਣੇ ਸਹੀ ਆ ਕਦ ਕੋਰਾ ਸਨਾ ਆਪਣੇ ਗੇਰ ਨਹੀਂ ਬੱਦੀ ਪਹਿਲੇ ਪਹਿਲੇ ਇੰਨੀ ਬੜੀ ਖਬਕੀ ਪੀਣੀ ਸੀ ਕੋਈ ਕੁਝ ਪਾ ਲੈਣ ਕਿਤੇ ਮੈਨੂੰ ਲੱਗਿਆ ਸਹੀ ਤਾਂ ਕੋ ਜੀ ਚਾਚਾ ਜਿਸ ਦੌਰ ਵਿੱਚ ਗਏਣਾ ਨੇ ਰੀਲਾਂ ਤੇ ਹੱਥਾਂ ਪਰ ਅਸਾਂ ਜਨਾਬ ਆਪਣੇ ਪਿਛਲੀਆਂ ਭੈਣਾਂ ਭਰਾਵਾਂ ਕੀ ਅਸਾਂ ਜਿਹੜਾ ਕੋਈ ਹੁਣ ਆਣੇ ਹੋਣੇ ਨਾ ਕਿ ਸਲਾਮ ਦੁਆ ਕਰਨੀ ਜਿਸ ਰਾਹ ਅੱਜਕੱਲ੍ਹ ਅਸਾਂ ਫੋਨਾਂ ਪਰ ਕਰਨੇ ਅੱਜ ਤਾਂ ਮਾਸ਼ਾਅੱਲਾ ਜਦੀਦ ਦੌਰ ਹੈ ਗਿਆ ਇਸ ਉਸ ਦੌਰ ਵਿੱਚ ਹੱਥਾਂ ਦਾ ਰੀਲਾਂ ਪਰ ਜਨਾਬ ਹੈ ਜਿਹੜਾ ਨਾ ਲਿਖੀ ਤਾਂ ਇੱਥੇ ਭੇਜਣੇ ਹੋਣੇ ਸਨ ਬਾਕੀ ਤਾਂ ਇਹ ਅਸਾਂ ਸਾਡੇ ਚਾਚਾ ਅਜ਼ੀਜ਼ਨ ਬੜੇ ਜਨਾਬ ਇਹਨਾਂ ਕੋਲੋਂ ਅਸਾਂ ਕੀ ਕਾਫੀ ਇਨਫੋਰਮੇਸ਼ਨ ਵੀ ਲੱਭੀ ਹੈ ਤਾਂ ਇਹਨਾਂ ਨੇ ਘਰ ਹੀ ਥਾਂ ਅਸਾਂ ਇਹਨਾਂ ਨੂੰ ਸ਼ੁਕਰੀਆ ਅਦਾ ਵੀ ਕਰਨੇ ਆ ਸਾਰਿਆਂ ਤੋਂ ਪਹਿਲਾਂ ਜਨਾਬ ਤੁਸੀਂ ਕੀ ਇਹਨਾਂ ਦੇ ਇਲਾਕੇ ਨੇ ਡਰੋਨ ਸ਼ਾਟ ਦੱਸਾਂ ਉਸ ਤੋਂ ਬਾਅਦ ਇਹਨਾਂ ਨੇ ਘਰ ਆਈਏ ਉਸੇ ਨਿਆਜ਼ ਹੈ ਤਾਂ ਜਨਾਬ ਉਹ ਵੀ ਤੁਸੀਂ ਕੀ ਥੋੜ੍ਹੀ ਦੱਸਾਂ ਤਾਂ ਬਾਕੀ ਚੱਲਦੇ ਹਾਂ ਜਨਾਬ ਪਹਿਲੇ ਡਰੋਨ ਸ਼ਾਟ ਦੱਸਣੇ ਆ ਉਸ ਤੋਂ ਬਾਅਦ ਮਜ਼ੀਦ ਛੇਤੀ ਛੇਤੀ ਆ ਜਾ ਸੋਹਣਿਆ ਤੇਰੀ ਜਨਾਬ ਤੋਂ ਮੈਂ ਵੇਟ ਕਰਦੀ ਦਿਲ ਤੇਰੇ ਉੱਤੇ ਯਾਰਾ ਕਿਤੇ ਘੋੜਨਾ ਵੇ ਤੂੰ ਕੁੜੀ ਉੱਤੇ ਕਰਦਾ ਵੀ ਰਾਤ
ਸੀ ਜੱਟੀ ਵਾਲੇ ਨੂੰ प्यार मेरा भुलिया तेरी سيدنا مولانا محمد وعلى ال سيدنا مولانا محمد بعدد كل ذره 100 الف الف مره اللهم صل على سيدنا مولانا محمد صلاه تنجينا بها من جميع الاحوال والافات وتقضي لنا بها من جميع الحاجات وتدخلنا بها من جميع السيئات وترفعنا بها عندك اعلى الدرجات وتبلغنا بها اقصى الغايات من جميع الخيرات في الحياه وبعد الممات انك على كل شيء قدير اللهم ربنا اتنا في الدنيا حسنه وفي الاخره حسنه وقنا عذاب النار وقنا عذاب الحشر وقنا عذاب القبر وقنا عذاب الموت وقنا عذاب الجهنم وقنا عذاب الميزان ربنا افرغ علينا صبرا وثبت اقدامنا وانصرنا على القوم الكافرين نصر من الله وفتح قريب وبشر المؤمنين لا حول ولا قوه الا بالله العلي العظيم لا اله الا انت سبحانك اني كنت من الظالمين یا اللہ پاک کلام پڑھی اس حاضر تام کا ثواب پاک کلام کا ثواب تیری پاک برگاہ کے اندر پیش کرتے ہیں قبول و منظور فرما اس کا ثواب حضور صلی اللہ علیہ وسلم کی پاک برگاہ کے اندر ہدیۃً تحفۃً محبۃً عقیدۃً پیش کرتے ہیں قبول و منظور فرما پیارے حبیب کے وسیلہ سے حضور صلی اللہ علیہ وسلم کے والدین کریمین طیبین طاہرین حضور صلی اللہ علیہ وسلم صحابہ کرام تابعین تبع تابعین خلفائے راشدین امام مجتہدین تمام کی بارگاہ میں پیش کرتے ہیں قبول و منظور فرما اللہ خاص بالحاظ آج دن کے وسیلہ سے آج 10 محرم الحرام شریف امام حسین اور شہداء کربلا کی تمام روحوں کو پیش کرتے ہیں قبول و منظور فرما تمام کے صغیرہ کبیرہ گناہوں کو معاف فرما کر جنت فردوس میں اعلیٰ عرف و مقام عطا فرما درجات میں بلندیاں عطا فرما یا اللہ ان نیک پاک روحوں کے وسیلہ سے شہداء کربلا کے وسیلہ سے اس گھر سے تعلق رکھنے والے جتنے بھی ست پیڑے نانک ست پیڑے دادک نسل دا نسل ایمان کی حالت دنیا فانی سے چل بسے ہیں سب کو جنت فردوس میں اعلیٰ عرف و مقام عطا فرما خاص بالحاص ان کے والدین کریمین کو جنت فردوس میں اعلیٰ عرف و مقام عطا فرما قبر کے حشر کی منزل احسان فرما دنیا میں رہتے ہوئے غلطی کوتا ہوئی تو پیارے حبیب کے وسیلہ سے معاف فرما ہم سب کے علم عمل عمر میں برکتیں عطا فرما جتنے بھی بیرون ممالک مقیم ہیں سب کی جان عزت آبرو کی حفاظت فرما جتنے بھی بیمار ہیں سب کو شفائے کاملہ عاجلہ سے تو مبرہ عطا فرما پریشان حالوں کی پریشانیوں کو دور فرما قرض داروں کو قرضے سے نجات عطا فرما پریشان حالوں کی پریشانیوں سے نجات عطا فرما بیماروں کو شفائے کاملہ عاجلہ سے تو مبرہ عطا فرما ربنا افرغ علینا صبرا وثبت اقدامنا وانصرنا علی القوم الکافرین صلی اللہ تعالیٰ علی حبیب اہل کی محمد وعلی آلہ و اصحابہ اجمعین